ਰਹਾਓ ਦਾ ਭਾਵ ਕੀ ਹੁੰਦਾ? ਠਹਿਰੋ, ਰੁਕੋ, ਵਿਚਾਰੋ। ਕਾਹਤੇ ਰੋਕਦੇ ਆ? ਵਿਚਾਰ ਕਰੋ, ਰੁਕੋ। ਜਿਵੇਂ ਅੰਗਰੇਜ਼ੀ ਚ ਕਹਿੰਦੇ ਸਟੋਪ ਐਂਡ ਵਾਚ, ਰੁਕੋ, ਦੇਖੋ। ਸੋ ਰੁਕਣਾ, ਪਹਿਲੀ ਗੱਲ ਤਾਂ ਇਹ ਮਿਲ ਗਈ ਵੀ ਸਹਿਜਨਾ ਬਾਣੀ ਸਮਝੋ, ਪੜ੍ਹੋ, ਵੀ ਦਬ ਉੰਨੇ ਵਾਰ ਰੁਕੋ। ਪਰ ਇਹ ਰਹਾਓ ਨੂੰ ਮੈਂ ਸਿੱਧੀ ਭਾਸ਼ਾ 'ਚ ਵੀ ਕਹਿੰਦਾ ਹੁੰਦਾ ਹਾਂ ਵੀ ਇਹ ਕੀ ਕਹਾਂਗੇ ਉਹਨੂੰ, ਸਪੀਡ ਸਟੋਪਰ ਹੈ। ਉਹਨੂੰ ਕੀ ਕਹਿੰਦੇ ਪੰਜਾਬੀ 'ਚ, ਕੀ ਕਹਿੰਦੇ ਆ? ਸਪੀਡ ਬ੍ਰੇਕਰ। ਉਹਨੂੰ ਪੰਜਾਬੀ 'ਚ ਕੀ ਕਹਿੰਦੇ ਆ? ਹੌਲੀ ਕਰਨ ਵਾਲਾ। ਉਹ ਹੰਪ ਨਹੀਂ ਕਹਿੰਦੇ, ਹੰਪ ਹੰਪ ਬਣਾਇਆ ਹੁੰਦਾ। ਚਲੋ, ਇਹ ਗੁਰੂ ਜੀ ਸਪੀਡ ਨੂੰ ਵੀ ਰੁਕੋ, ਸਪੀਡ ਬ੍ਰੇਕਰ ਇੱਕ ਤਰ੍ਹਾਂ ਦਾ ਰਹਾਓ ਪਾਦਾ। ਪਰ ਸਾਡੇ ਚੋਂ ਕੁਝ ਸਾਰੇ ਨਹੀਂ ਕਹਿੰਦੇ, ਕੁਝ ਸਿਆਣੇ ਬੈਠੇ, ਕੁਝ ਪਰਵਾਹ ਨਹੀਂ ਮੰਨਦੇ ਸਪੀਡ ਬ੍ਰੇਕਰ ਦੀ ਵੀ, ਇਸ਼ਾਰੇ ਦੀ ਵੀ, ਰੁਕੋ, ਠਹਿਰੋ, ਠਹਿਰੋ, ਸਪੀਡ ਬ੍ਰੇਕਰ ਲਾ ਤਾ ਨਾ। ਕਈ ਕਹਿੰਦੇ ਮਹਾਰਾਜ ਜੀ ਬਸ ਨਾ ਨਾ ਨਾ, ਇਹ ਨਾ ਕੰਮ ਕਹੋ ਤੁਸੀਂ ਵੀ, ਰੁਕੋ, ਵਿਚਾਰੋ, ਸਮਝੋ, ਨਾ 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 ਮਰ ਵਾਰੀ ਵਾਰੀ ਨਾ ਰੋਕੋ। ਅਸੀਂ 9 ਵਜੇ ਭੋਗ ਦੇ ਸਲੋਕ ਸ਼ੁਰੂ ਕਰਨੇ ਹੈ, ਬੋਲੋ ਸਤਨਾਮ। ਨਾ ਨਾ ਨਾ, ਪਾਠ ਥੋੜ੍ਹਾ ਪਿੱਛੇ ਹੈ, ਦੱਸਿਆ ਸੀ ਬਾਬਾ ਜੀ ਨੇ ਵੀ 9 ਵਜੇ ਸ਼ੁਰੂ ਕਰ ਦਿਓ, ਮੇਰਾ ਦੱਸੋ ਪਤਾ ਨਹੀਂ ਕਿਹੜੇ ਬਾਬੇ ਤੋਂ ਪੁੱਛੀ ਫਿਰਦੇ, ਦੇਖ ਲਓ। ਕਹਿੰਦੇ ਹੁਣ ਨਾ ਰੋਕੋ ਸਾਨੂੰ, ਹਟ ਜਾਓ ਪਾਸੇ, ਹੁਣ ਤਾਂ ਟਾਈਮ ਅੱਗੇ ਜਿਹੜਾ। ਸੋ ਮੇਰਾ ਕਹਿਣ ਦਾ ਭਾਵ ਅੰਗ ਦੇ ਵਿੱਚ ਮੈਂ ਗੱਲ ਕੀਤੀ ਆ, ਸਮਝ ਗਏ ਤੁਸੀਂ? ਨਹੀਂ ਇੱਦਾਂ ਕੁਛ ਨਹੀਂ, ਸਹਿਜ ਬੱਧਾ ਚੱਟੀ ਐਵੇਂ ਗਿਣਤੀਆਂ ਪੂਰੀਆਂ ਕਰਨੀਆਂ, ਨਿਬੇੜਨਾ ਪਾਠ ਨੂੰ, ਪਾਠ ਨਿਬੇੜਨਾ ਖਪਣਾ ਹੀ ਹੁੰਦਾ। ਹਾਂਜੀ, ਖਪੀ ਦਾ ਨਹੀਂ ਹੁੰਦਾ, ਗਿਆਨ ਨੂੰ ਜਪੀ ਦਾ ਹੁੰਦਾ। ਕੀ ਕਰੀਦਾ ਹੁੰਦਾ ਬੋਲਿਓ? ਬਾਣੀ ਚ ਲਿਖਿਆ ਨਾ ਪ੍ਰਮਾਣ ਲਈ ਚੱਲੋ, ਐਸਾ ਗਿਆਨ ਜਪੋ ਮਨ ਮੇਰੇ, ਮੇਰੇ ਮਨ ਜਪੋ। ਗਿਆਨ ਨੂੰ ਜਪਣਾ ਕੀ ਹੁੰਦਾ? ਕਿ ਲੈਣਾ ਬੋਲੋ, ਉਹੀ ਗੱਲ ਜਪਣਾ ਲਈ ਗਾਵੀਆ ਸੁਣੀਏ ਮਨ ਰੱਖੀਏ ਭਾਓ, ਜਪ ਸੀ ਨਾ ਗਿਆਨ ਦਾ, ਵੀ ਲੈਣਾ ਜੀ ਬੋਲੇ ਸੁਰਤ ਅਰਥ ਭਾਵ ਨੂੰ ਟੱਚ ਕਰਦੇ ਹੋਏ ਸੁਣੇ, ਗਾਵੀਆ ਸੁਣੀਏ, ਸੁਣੇ ਦਾ ਮਨ ਚ ਬਣਾਈਏ ਪਿਆਰ, ਐਂ ਜਪੋ ਗਿਆਨ ਨੂੰ। ਮੇਰੇ ਮਨ ਗਿਆਨ ਨੂੰ ਐਂ ਜਪਣਾ, ਗਿਆਨ ਨੂੰ ਤੇਜ਼ੀ ਨਾਲ ਪੜ੍ਹ ਪੜ੍ਹ ਕੇ ਨਿਬੇੜਨਾ ਤਾਂ ਖਪਣਾ ਹੁੰਦਾ ਹੈ, ਜਪਦੇ ਤਾਂ ਵਿਰਲੇ ਹੀ ਹੈ, ਬਹੁਤੇ ਤਾਂ ਖਪਦੇ ਹੀ ਹੈ, ਬੋਲੋ ਸਤਨਾਮ। ਤਾਂ ਹੀ ਤਾਂ ਫਿਰ ਜੀਜਾ ਹਟ ਜਾਂਦਾ ਕਰ ਲਓ, ਹਟ ਨਾ ਕਰਨਾ ਜਦੋਂ ਖਪੂ ਕੋਈ, ਬਹੁਤ ਦੇਖਿਆ ਮੈਂ ਖਪ ਕੇ ਛੱਡ ਦਿੰਦੇ ਪਾਠ ਕਰਨਾ। ਮੈਂ ਸੱਚੀਆਂ ਗੱਲਾਂ ਕਹਿ ਦਿੰਦਾ, ਸਟੇਜ 'ਤੇ ਕੀ ਕਹਿੰਦੇ ਨਹੀਂ ਹੁੰਦੇ, ਬਸ ਬਹੁਤ ਨੇ। ਹਾਂਜੀ, ਬੜੇ ਮੈਂ ਦੇਖੇ ਨੇ, ਭਾਈ ਸੋ ਬਹੁਤ ਪਾਠ ਕੀਤਾ ਜੀ, ਗੱਲ ਜੀ ਬਣੀ ਜੀ, ਹੁਣ ਛੱਡਤਾ ਜੀ, ਤੈਨੂੰ ਅਕਲ ਨਹੀਂ ਆਈ, ਤੈਨੂੰ ਗੱਲ ਕਿਵੇਂ ਨਹੀਂ ਬਣੀ? ਗਲਤ ਜੇ ਗੁਰੂ ਦੇ ਗੁਰੂ ਦੇ ਮੁਤਾਬਕ ਚੱਲਦਾ ਗੱਲ ਕਿਵੇਂ ਨਹੀਂ ਬਣੂਗੀ? ਤੂੰ ਆਪਣੀ ਮੱਤ ਮੁਤਾਬਕ ਚੱਲਦਾ ਰਿਹਾ, ਤੂੰ ਤੇਰੀ ਗਲਤੀ ਹੈ, ਤੂੰ ਖਪਦਾ ਰਿਹਾ ਐਵੇਂ। ਹਾਂਜੀ, ਖਪ ਕੇ ਛੱਡਤਾ, ਦੋਸ਼ ਤੂੰ ਗੁਰੂ ਨੂੰ ਦਿੰਦੇ, ਗੱਲ ਜੀ ਬਣੀ ਨਹੀਂ, ਅਕਲ ਤੈਨੂੰ ਨਹੀਂ ਆਈ, ਤੂੰ ਸੁਣਦਾ ਪੁੱਛਦਾ ਕਿਸੇ ਨੂੰ। ਇਸ ਕਰਕੇ ਜਾਣ ਰੱਖਿਓ, ਵਾਰ ਵਾਰ ਖਪਣਾ ਨਹੀਂ ਜਪਣਾ, ਜਪਣਾ ਤਾਂ ਬੜੀ ਪਿਆਰੀ ਕਿਰਿਆ। ਹਾਂਜੀ, ਬੜੀ ਪਿਆਰੀ ਕਿਰਿਆ ਜਪਣਾ, ਸੁਰਹ ਵਿਚਾਰ। ਸੋ ਇੱਦਾਂ ਆਪਾਂ ਸਮਝ ਰਹੇ ਸੀ, ਗੱਲ ਚੱਲੀ ਸੀ ਰਹਾਓ ਪਦ ਦੇ ਉੱਤੇ, ਇੱਥੋਂ ਤਾਂ ਮੈਂ ਗੱਲਾਂ ਕਰਤੀਆਂ ਇਹ। ਸੋ ਵੇਖੋ, ਰੁਕੋ, ਵਿਚਾਰੋ, ਸਮਝੋ ਬਾਣੀ ਨੂੰ, ਸਹਿਜ ਨਾ ਪੜ੍ਹੋ,
ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਪਕਾ ਨਾ ਪਕਾ। ਬੱਧਾ ਚੱਟੀ ਬੋਝ ਪਾ ਕੇ ਕਹਿ ਲਓ ਵੱਜ ਕੇ, ਵੱਜ ਕੇ ਕੋਈ ਵੀ ਕੰਮ ਕੀਤਾ ਜਾਂਦਾ ਇਹਦਾ ਕੋਈ ਗੁਣ ਤੇ ਭਲਾ ਨਹੀਂ ਹੁੰਦਾ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਗੁਰੂ ਜੀ ਕਹਿੰਦੇ ਉਹੀ ਕੰਮ ਸਾਰ ਸ੍ਰੇਸ਼ਟ ਵਧੀਆ ਹੁੰਦਾ ਜਿਹੜਾ ਖੁਸ਼ੀ ਦੇ ਸਹਿਤ ਕੀਤਾ ਜਾਵੇ। ਸੇਤੀ ਖੁਸ਼ੀ ਮਤਲਬ ਖੁਸ਼ੀ ਦੇ ਸਹਿਤ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਚਾਹ ਪਿਆਰ ਨਾਲ ਬਾਣੀ ਪੜ੍ਹੋ, ਲੈਣਾ ਪੜ੍ਹੋ ਭਾਵੇਂ ਥੋੜ੍ਹੀ ਪੜ੍ਹ ਲਓ, ਕੋਈ ਗੱਲ ਨਹੀਂ। ਬਾਣੀ ਵੀ ਤਾਂ ਇਸ ਪੱਖ ਲਿਖਿਆ ਕਿੰਨੀ ਕੁ ਥੋੜ੍ਹੀ ਪੜ੍ਹ ਲਈਏ, ਕਹਿੰਦੇ ਜੇ ਮੈਂ ਥੋੜ੍ਹਾ ਜਿਹਾ ਗਿਆਨ ਪੜ੍ਹ ਲਓ ਭਾਵੇਂ ਮਨ ਨੂੰ ਸਮਝਾਉਣ ਵਾਸਤੇ, ਜਿੰਨਾ ਪੜ੍ਹ ਲਿਆ ਉਹਨੂੰ ਸਮਝ ਲਓ, ਸਮਝ ਕੇ ਉਹਨੂੰ ਜੀਵਨ 'ਚ ਲਾਗੂ ਕਰ ਲਓ। ਪੜ੍ਹੋ ਪ੍ਰਵਾਣੀ ਦੀ ਲਿਖਿਆ ਮਨ ਸਮਝਾਵਣ ਕਾਰਨੇ। ਪਹਿਲੀ ਗੱਲ ਤਾਂ ਸਮਝ ਆ ਗਈ ਵੀ ਬਾਣੀ ਪੜ੍ਹਨੀ ਕਾਹਤੇ ਹੈ, ਮਨ ਨੂੰ ਸਮਝਾਉਣ ਵਾਸਤੇ। ਮਨ ਸਮਝਾਵਣ ਕਾਰਨੇ, ਕਾਰਨੇ ਮਤਲਬ ਵਾਸਤੇ, ਮਨ ਨੂੰ ਸਮਝਾਉਣ ਦੇ ਵਾਸਤੇ ਪੜ੍ਹਨੀ ਹੈ। ਕਿੰਨੀ ਕੁ ਪੜ੍ਹੀ ਹੈ ਮਹਾਰਾਜਾ? ਕਹਿੰਦੇ ਕਸ਼ੂਕ, ਕਸ਼ੂਕ ਪੜ੍ਹੀ ਹੈ ਗਿਆਨ। ਕਹਿੰਦੇ ਭਾਵੇਂ ਪੜ੍ਹਤਾ ਥੋੜ੍ਹੀ ਲਿਆ ਕਰੋ, ਬੋਲੋ ਸਤਨਾਮ। ਕਹਿੰਦੇ ਪੜ੍ਹ ਭਾਵੇਂ ਥੋੜ੍ਹੀ ਲਿਆ ਕਰੋ, ਪੜ੍ਹਨ ਨਾਲੋਂ ਵੱਧ ਜ਼ੋਰ ਸਮਝਣ ਤੇ ਲਾਉਣਾ। ਕਹਿੰਦੇ ਉਹ ਪੜ੍ਹਨ ਤੋਂ ਵੱਧ ਜ਼ੋਰ ਸਮਝਣ ਤੇ ਲਾਉਣਾ, ਸਮਝਣ ਤੋਂ ਵੀ ਵੱਧ ਜ਼ੋਰ ਉਹ ਜੀਵਨ 'ਚ ਲਾਗੂ ਕਰਨ ਤੇ ਲਾਉਣਾ। ਵੀ ਜੋ ਗੁਰੂ ਤੋਂ ਸਮਝ ਆਈ ਹੈ ਉਹ ਮੈਂ ਜ਼ਿੰਦਗੀ 'ਚ ਕਮਾ ਲਵਾਂ, ਉਹ ਸਮਝ ਮੁਤਾਬਕ ਮੈਂ ਜ਼ਿੰਦਗੀ ਵਿੱਚ ਜਿਉਂ ਲਵਾਂ। ਬੋਲੋ ਸਤਨਾਮ। ਆਹ ਫਾਰਮੂਲਾ ਯਾਦ ਰੱਖ, ਪੜ੍ਹੋ ਬਾਣੀ, ਚੰਗੀ ਗੱਲ ਹੈ, ਪੜ੍ਹੋ ਪੜ੍ਹੋ, ਉਦੋਂ ਵੱਧ ਜ਼ੋਰ ਸਮਝਣ 'ਤੇ ਲਾਓ, ਉਦੋਂ ਵੱਧ ਜ਼ੋਰ ਕਮਾਉਣ 'ਤੇ ਲਾਓ। ਫਿਕਰ ਤਾਂ ਧੰਨ ਬਹਾ ਸਦਕੇ ਜਾਈਏ, ਹਉ ਵਾਰੀ ਜੀਓ ਵਾਰੀ, ਪੜ੍ਹ ਬੁੱਝ ਮਨ ਵਸਾ, ਪੜ੍ਹੋ ਸਮਝੋ ਮੰਨ ਕੇ ਮਨ 'ਚ ਵਸਾ। ਪੜ੍ਹ ਬੁੱਝ ਮਨ ਹੀ ਲਿਖਿਆ ਨਾ, ਸਟੈਪ ਵਾਈ ਸਦਕੇ ਜਾਈਏ। ਅਤੇ ਕਈਆਂ ਦਾ ਮੈਂ ਹਾਲ ਦੇਖਦਾ, ਸਾਰੇ ਨਹੀਂ ਕਹਿੰਦਾ, ਸਿਆਣੇ ਬੈਠੇ ਹੋ, ਸਾਰੀ ਉਮਰ ਲੰਘ ਗਈ ਕਈਆਂ ਨੂੰ ਪੜ੍ਹਦਿਆਂ ਨੂੰ, ਪਰ ਜੋ ਪੜ੍ਹਦੇ ਹੈ ਪਾਠ ਕਰਦੇ ਹੈ ਸਮਝ ਨਹੀਂ ਆਈ ਵੀ ਕੀ ਪੜ੍ਹਦੇ ਹੈ। ਬੋਲੋ ਸਤਨਾਮ। ਸਮਝ ਨਹੀਂ ਆਈ ਵੀ ਪੜ੍ਹਦੇ ਕੀ, ਭਾਵੇਂ ਕਿ ਪੜ੍ਹਨ 'ਤੇ ਰੁਕ ਗਏ, ਪੜ੍ਹਨਾ ਸ਼ੁਰੂਆਤ ਹੈ, ਕਿਤੇ ਨਾ ਕਹਿੰਦੇ ਪਾਠ ਨਹੀਂ ਕਰਨਾ, ਸ਼ੁਰੂਆਤ ਹੈ। ਜਿਵੇਂ ਕੋਈ ਸ਼ੁਰੂਆਤ ਕਰਦਾ ਨਾ ਪੜ੍ਹਨ ਦੀ, ਅਤੇ ਉਹ ਪਹਿਲੀ ਕਲਾਸ 'ਚ ਹੀ ਖੜ੍ਹਾ ਰਹੇ ਮਨ, ਸੋਚੋ। ਇਸ ਕਰਕੇ ਕਈ ਪਹਿਲੀ ਕਲਾਸ ਦੇ ਵਿੱਚ ਹੀ ਰਹਿ ਗਏ, ਪੜ੍ਹਨਾ ਪਹਿਲੀ ਕਲਾਸ 'ਚ ਹੀ ਰਹਿ ਗਏ ਬਸ, ਤਾਂ ਹੀ ਕੋਈ ਬਦਲਾਅ ਨਹੀਂ ਆਇਆ। ਸੋ ਰਹੋ ਵਿਚਾਰ, ਸੋ ਆਓ ਸ਼ਬਦ ਦੀ ਵਿਚਾਰ ਹੁਣ ਆਪਾਂ ਕਰ ਰਹੇ ਹਾਂ ਨਾਲ ਨਾਲ, ਸਮਝ ਗਏ ਹੁਣ। ਇਹ ਤਾਂ ਰਹਾਉ ਪਦ ਬਾਰੇ ਮੈਂ ਕੁਝ ਗੱਲਾਂ ਕਹਿ ਦਿੱਤੀਆਂ, ਵੀ ਠਹਿਰੋ, ਰੁਕੋ, ਵਿਚਾਰੋ। ਰਹਾਉ ਪਦ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਸੈਂਟਰਲ ਆਈਡੀਆ,